ਸਤਿ ਸ਼੍ਰੀ ਅਕਾਲ ਪੰਜਾਬੀ ਦੁਨੀਆ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਆਓ ਦੇਖਦੇ ਹਾਂ ਅੱਜ ਦੀਆਂ ਖਾਸ ਖਬਰਾਂ। ਪਿਛਲੇ ਦਿਨੀ ਬਠਿੰਡਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਰਾਜਸਥਾਨ ਦੇ ਇੱਕ ਗਰੋਹ ਨੂੰ ਅਸਲੇ ਸਮੇਤ ਕਾਬੂ ਕੀਤਾ ਗਿਆ ਸੀ, ਜੋ ਰਾਜਸਥਾਨ ਤੋਂ ਅਸਲਾ ਅਮਿਊਨੀਸ਼ਨ ਲਿਆ ਕੇ ਬਠਿੰਡਾ ਅਤੇ ਪੰਜਾਬ ਦੇ ਹੋਰ ਸ਼ਹਿਰਾਂ 'ਚ ਸਪਲਾਈ ਕਰਦਾ ਸੀ। ਇਸ ਗਰੋਹ ਮੈਂਬਰਾਂ ਦੀ ਪੁੱਛਗਿੱਛ ਦੇ ਆਧਾਰ 'ਤੇ ਗਰੋਹ ਦੇ ਬਾਕੀ ਮੈਂਬਰਾਂ ਨੂੰ ਕਾਬੂ ਕਰਨ ਸੰਬੰਧੀ ਬਠਿੰਡਾ ਪੁਲਿਸ ਨੇ ਆਪਰੇਸ਼ਨ ਚਲਾਇਆ ਸੀ, ਜਿਸ 'ਚ ਸਫਲਤਾ ਹਾਸਲ ਕਰਦਿਆਂ ਅੱਜ ਇਸੇ ਗਰੋਹ ਦੇ ਦੋ ਹੋਰ ਦੋਸ਼ੀਆਂ ਨੂੰ ਬਠਿੰਡਾ ਪੁਲਿਸ ਨੇ ਕਾਬੂ ਕੀਤਾ ਹੈ। ਜਿਸ ਸੰਬੰਧੀ SSP ਬਠਿੰਡਾ ਭੁਪਿੰਦਰਜੀਤ ਸਿੰਘ ਬਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ, ਦੋਸ਼ੀ ਰਕੇਸ਼ ਕੁਮਾਰ ਵਾਸੀ ਸ਼ੀਕਰ ਅਤੇ ਕਾਰਤਿਕ ਜਹਾਂਗੀਰ ਉਰਫ ਗੁੱਡੂ ਨੂੰ ਲਿੰਕ ਰੋਡ ਨਰੂਆਣਾ ਤੋਂ ਅਸਲੇ ਸਮੇਤ ਕਾਬੂ ਕੀਤਾ ਹੈ। ਪੇਸ਼ ਹੈ ਸਾਡੇ ਪੱਤਰਕਾਰ ਯਸ਼ਪਾਲ ਦੇ ਨਾਲ ਕੁਲਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ। ਅਬਾਊਟ 26-10 ਨੂੰ ਅਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਜਿਹਦੇ ਵਿੱਚ ਅਸੀਂ ਰਾਜਸਥਾਨ ਦੇ ਗੈਂਗਸਟਰ ਨੂੰ ਅਰੈਸਟ ਕੀਤਾ ਸੀਗਾ ਅਤੇ ਉਹਨਾਂ ਤੋਂ ਕਾਫੀ ਵੱਡੀ ਮਾਤਰਾ ਦੇ ਵਿੱਚ 32 ਬੋਰ ਦੇ ਪਿਸਟਲ ਅਤੇ ਹੋਰ ਵੈਪਨਸ ਰਿਕਵਰ ਕੀਤੇ ਸੀਗੇ। ਉਸ ਦੀ ਇਨਵੈਸਟੀਗੇਸ਼ਨ ਦੀ ਲੜੀ ਦੇ ਵਿੱਚ ਅਸੀਂ ਫਰਦਰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ 30 ਤਰੀਕ ਨੂੰ, ਜਿਸ 'ਤੇ ਅਸੀਂ ਇਨਫੋਰਮੇਸ਼ਨ ਬੇਸ 'ਤੇ ਸਾਡੇ ਸਪੈਸ਼ਲ ਸਟਾਫ ਦੇ ਇੰਸਪੈਕਟਰ ਜਸਬੀਰ ਸਿੰਘ ਨੇ SPD ਸਾਹਿਬ ਗੁਰਪ੍ਰਿੰਦਰ ਸਿੰਘ ਸੰਘਾ ਦੀ ਸੁਪਰਵਿਜ਼ਨ ਹੇਠ ਮੁਕੱਦਮਾ ਦਰਜ ਕੀਤਾ ਸੀਗਾ ਜੀ ਕਿ ਰਕੇਸ਼ ਕੁਮਾਰ ਏਲੀਅਸ ਸੁਰੇਸ਼ ਕੁਮਾਰ, ਇਹ ਹੈਗਾ ਰਾਜਸਥਾਨ ਦਾ ਰਹਿਣ ਵਾਲਾ ਹੈ ਸੀਕਰ ਜ਼ਿਲ੍ਹੇ ਦਾ, ਇਹ ਇੱਥੇ ਪੰਜਾਬ ਦੇ ਵਿੱਚ ਬਠਿੰਡਾ ਏਰੀਏ ਦੇ ਵਿੱਚ ਜਿਹੜੇ ਵੀ ਐਂਟੀ ਸੋਸ਼ਲ ਐਲੀਮੈਂਟਸ ਹੈਗੇ, ਗੈਂਗਸਟਰ ਟਾਈਪ ਵਿਅਕਤੀ ਹੈਗੇ, ਉਹਨਾਂ ਨੂੰ ਵੈਪਨ ਸਪਲਾਈ ਕਰਨ ਦੇ ਲਈ ਆ ਰਿਹਾ ਹੈਗਾ। ਸਮਹਾਉ ਇਹ ਉਸ ਦਿਨ ਕੋਈ ਕਿਸੇ ਕਾਰਨ ਕਰਕੇ ਇਹ ਡਿਲੀਵਰੀ ਕਰਨ ਨਹੀਂ ਆਇਆ ਅਤੇ ਪਰਸੋਂ ਇਹ ਡਿਲੀਵਰੀ ਕਰਨ ਆਇਆ ਸੀ। ਉਸ ਇਨਵੈਸਟੀਗੇਸ਼ਨ ਉਸ ਇਨਫੋਰਮੇਸ਼ਨ 'ਤੇ ਰੈਗੂਲਰ ਚੱਲ ਰਹੀ ਸੀਗੀ ਅਤੇ ਜਿਸ 'ਤੇ ਪਰਸੋਂ ਇਹ ਡਿਲੀਵਰੀ ਕਰਨ ਆਏ ਸੀਗੇ ਅਤੇ ਅਸੀਂ ਇਹਨਾਂ ਨੂੰ ਸੰਗਤ ਕੈਂਚੀਆਂ ਤੋਂ ਗ੍ਰਿਫਤਾਰ ਕੀਤਾ ਅਤੇ ਇਹਨਾਂ ਪਾਸੋਂ ਇਹਦੇ ਨਾਲ ਰਕੇਸ਼ ਕੁਮਾਰ ਦੇ ਨਾਲ ਇੱਕ ਹੋਰ ਕਾਰਤਿਕ ਨਾਂ ਦਾ ਵੀ ਵਿਅਕਤੀ ਸੀਗਾ ਅਤੇ ਇਹ ਵੀ ਰਾਜਸਥਾਨ ਦਾ ਰਹਿਣ ਵਾਲਾ ਹੈਗਾ। ਇਹਨਾਂ ਤੋਂ ਅਸੀਂ 7-32 ਬੋਰ ਦੇ ਨਵੇਂ ਪਿਸਟਲ, 2 ਐਕਸਟਰਾ ਮੈਗਜ਼ੀਨ ਵਿਦ 35 ਰਾਊਂਡਸ ਆਫ ਐਮੂਨੀਸ਼ਨ ਰਿਕਵਰ ਕੀਤਾ ਹੈਗਾ ਔਰ ਉਹਨਾਂ ਦੀ ਅਰੈਸਟ ਕਰਕੇ ਇਹਨਾਂ ਨੂੰ ਪੁਲਿਸ ਰਿਮਾਂਡ 'ਤੇ ਲਿਆ ਹੈਗਾ। ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਕਰਦਿਆਂ ਇਹਨਾਂ ਨੇ ਦੱਸਿਆ ਹੈ ਕਿ ਵੀ ਇਹਨਾਂ ਨੇ ਪਹਿਲਾਂ ਵੀ ਕਾਫੀ ਪੰਜਾਬ ਦੇ ਵਿੱਚ ਵੈਪਨ ਸਪਲਾਈ ਕੀਤੇ ਹੈਗੇ ਆ ਅਤੇ ਜਿਹਦੇ ਰਾਹੀਂ ਸਪਲਾਈ ਕੀਤੇ ਹੈਗੇ ਆ ਉਹ ਬੰਦਾ ਇਸ ਵਕਤ ਫਰੀਦਕੋਟ ਜੇਲ੍ਹ ਦੇ ਵਿੱਚ ਹੈਗਾ। ਉਹਦਾ ਅਸੀਂ ਪ੍ਰੋਡਕਸ਼ਨ ਵਾਰੰਟ ਲੈ ਕੇ ਉਹਨੂੰ ਜਲਦੀ ਹੀ ਇਨਵੈਸਟੀਗੇਸ਼ਨ ਜੁਆਇਨ ਕਰਾਵਾਂਗੇ ਅਤੇ ਉਮੀਦ ਹੈਗੀ ਆ ਵੀ ਸਾਨੂੰ ਹੋਰ ਵੀ ਵੈਪਨ ਉਹਨਾਂ ਤੋਂ ਰਿਕਵਰ ਹੋਣਗੇ ਕਿਉਂਕਿ ਜੋ ਇਨਵੈਸਟੀਗੇਸ਼ਨ 'ਚ ਹੁਣ ਤੱਕ ਆਇਆ ਵੀ ਇਹਨਾਂ ਨੇ ਉਸ ਬੰਦੇ ਦੇ ਥਰੂ ਜਿਹੜਾ ਫਰੀਦਕੋਟ ਜੇਲ੍ਹ ਦੇ ਵਿੱਚ ਹੈਗਾ ਅਰਾਊਂਡ 15-16 ਵੈਪਨ ਹੋਰ ਡਿਸਟ੍ਰੀਬਿਊਟ ਕਰਵਾਏ ਹੈਗੇ, ਡਿਲੀਵਰੀ ਦਿੱਤੀ ਹੋਈ ਹੈ ਲੋਕਾਂ ਨੂੰ ਅਤੇ ਉਹ ਅਸੀਂ ਰਿਕਵਰ ਕਰਨ ਦੇ ਉਹ ਵੀ ਕਰ ਲਵਾਂਗੇ। ਜਿਹੜਾ ਰਕੇਸ਼ ਕੁਮਾਰ ਹੈਗਾ ਇਹ NDPS ਐਕਟ ਦੇ ਵਿੱਚ ਹੈਗਾ, ਕਨਵਿਕਟ ਹੈਗਾ ਜੀ, ਇਹਨੂੰ 10 ਸਾਲ ਦੀ ਸਜ਼ਾ ਹੋਈ ਹੈ। ਇਹ ਫਰੀਦਕੋਟ ਜੇਲ੍ਹ 'ਚੋਂ ਹੀ ਅਰਾਊਂਡ 15-20 ਦਿਨ ਪਹਿਲਾਂ ਹੀ ਗਿਆ ਸੀਗਾ ਪਰੋਲ 'ਤੇ ਅਤੇ ਇਹਨੂੰ ਗ੍ਰਿਫਤਾਰ ਕੀਤਾ। ਇਹਦੇ 'ਚ ਮਤਲਬ 31-35 ਦੇ ਵਿੱਚ ਹੋਣਗੇ, 30-35 ਦੇ ਵਿੱਚ ਦਰਮਿਆਨ ਲਾ ਲਓ। ਮੇਰੇ ਅੰਦਾਜ਼ਨ ਹੈਗਾ ਅਰਾਊਂਡ 50-70,000 ਹੋਏਗਾ ਇੰਡੀਅਨ। ਅਸੀਂ ਜਾਵਾਂਗੇ ਸਰ, ਬਿਕੋਜ਼ ਦੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ, ਇਨਵੈਸਟੀਗੇਸ਼ਨ ਇਹਦੀ ਲੰਬੀ ਚੱਲੇਗੀ ਅਤੇ ਜਿਹੜੇ ਵੀ
ਮੈਨੂਫੈਕਚਰਰਸ ਹੈਗੇ ਆ ਉੱਥੋਂ ਤੱਕ ਅਸੀਂ ਜਾਵਾਂਗੇ।